ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਬਤ ਨਾਨਕ ਤਿੰਨ ਕੀ ਸਰਨਾ ਜਿਨ ਤੋਂ ਨਾਹੀਂ ਬਿਸਰਿਆ। ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ ਪ੍ਰਭ ਭਾਵੈ ਤਿਵੈ ਬੁਲਾਨ। ਸਾਧ ਸੰਗਤ ਕੀ ਧੂਰ ਇੱਕ ਮਾਗੋ ਜਨ ਨਾਨਕ ਪਿਓ ਸਰਾਨ। ਸਾਧ ਸੰਗਤ ਕੀ ਧੂਰ ਇੱਕ ਮਾਗੋ ਜਨ ਨਾਨਕ ਪਿਓ ਸਰਾਨ। ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ। ਨਾਨਕ ਨਿਭਹੀ ਨਾਲ ਜਿਨ ਕੀਆ ਤਿਸ ਚੀਤ ਰੱਖ। ਨਾਨਕ ਨਿਭਹੀ ਨਾਲ ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੈ ਬੁਲਾਇਆ ਤੇਰਾ। ਪਰਮ ਸਤਿਕਾਰਯੋਗ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੀ ਮਾਨ ਸਨਮਾਨ ਜੋ ਗੁਰੂ ਰੂਪ ਸਾਧ ਸਿੰਘ ਜੀ, ਜਿਸ ਤਰ੍ਹਾਂ ਕਿ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਸੰਖੇਪ ਜੀ ਵਿਚਾਰ ਚੱਲ ਰਹੀ ਹੈ। ਸੋ ਉਸ ਦੇ ਤਹਿਤ ਕੱਲ੍ਹ ਆਪਾਂ ਚੌਥੇ ਸਲੋਕ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਆਓ ਅੱਜ ਉਸੇ ਵਿਚਾਰ ਨੂੰ ਆਪਾਂ ਅੱਗੇ ਤੋਰ ਸਕੀਏ। ਆਪ ਜੀ ਬਖਸ਼ੋ ਅਸੀਸ ਤਾਂ ਕਿ ਕੁਝ ਕਹਿਣ ਦਾ ਹੀਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸਲੋਕ ਦੇ ਅੰਦਰ ਮਨੁੱਖ ਨੂੰ ਇੱਕ ਹਲੂਣਾ ਦਿੱਤਾ। ਜਿਵੇਂ ਕੱਲ੍ਹ ਇੱਕ ਬੇਨਤੀ ਕੀਤੀ ਸੀ ਕਿ ਮਨੁੱਖ ਸੰਸਾਰ 'ਤੇ ਆ ਕੇ ਹੋਰ ਤਾਂ ਬਹੁਤ ਕੁਝ ਸੰਭਾਲਦਾ ਪਰ ਜੋ ਕੁਝ ਸੰਭਾਲਣਾ ਚਾਹੀਦਾ ਉਸ ਦੀ ਇਹ ਫਿਕਰ ਨਹੀਂ ਕਰਦਾ। ਤਾਂ ਸਤਿਗੁਰੂ ਨੂੰ ਮਨੁੱਖ ਨੂੰ ਇਹ ਝੰਜੂੜਨਾ ਪਿਆ ਜੀ। ਮਰ ਕਹਿੰਦੇ ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸੰਭਾਲ। ਇਹ ਗੁਣਹੀਨ ਅਣਜਾਣ ਪੁਰਸ਼ ਉਸ ਪਰਮਾਤਮਾ ਦੀ ਯਾਦ ਨੂੰ ਸੰਭਾਲ। ਕਿਸ ਪਰਮਾਤਮਾ ਦੀ? ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ, ਜਿਸ ਪਰਮਾਤਮਾ ਨੇ ਤੈਨੂੰ ਸੰਸਾਰ 'ਤੇ ਭੇਜਿਆ ਉਹ ਭਲਿਆ ਉਸਨੂੰ ਚੇਤੇ ਕਰ, ਉਸੇ ਨੇ ਤੇਰੇ ਨਾਲ ਸਦਾ ਵਾਸਤੇ ਨਿਭਣਾ ਹੈ। ਸੋ ਕੱਲ੍ਹ ਆਪਾਂ ਪਹਿਲੀ ਪੰਕਤੀ ਦੀ ਵਿਚਾਰ ਕੀਤੀ ਸੀ, ਅੱਜ ਆਪਾਂ ਦੂਜੀ ਪੰਕਤੀ ਦੀ ਵਿਚਾਰ ਕਰਨੀ ਹੈ। ਪਰ ਆਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸਲੋਕ ਦਾ ਜੋ ਅਸ਼ਟਪਦੀ ਦੇ ਅੰਦਰ ਵਿਸਤਾਰ ਕੀਤਾ ਨਾ ਉਹ ਆਪਾਂ ਇੱਕ ਸੰਖੇਪ ਜੀ ਪੰਛੀ ਜੀ ਝਾਤ ਮਾਰ ਲੈਂਦੇ ਹਾਂ। ਅਸ਼ਟਪਦੀ ਦੇ ਅੰਦਰ ਗੱਲ ਸਮਝ ਆ ਜਾਏ। ਹੁਣ ਪੂਰੀ ਅਸ਼ਟਪਦੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸਲੋਕ ਦਾ ਵਿਸਤਾਰ ਕਰਕੇ ਨਾ ਅਤੇ ਮਨੁੱਖ ਨੂੰ ਇੱਕ ਗੱਲ ਸਮਝਾਈ ਜੀ। ਕਿਤੇ ਗੌਰ ਨਾਲ ਇਹ ਚੌਥੀ ਅਸ਼ਟਪਦੀ ਪੜ੍ਹਿਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਿੰਨ ਗੱਲਾਂ ਇਸ ਅਸ਼ਟਪਦੀ ਦੇ ਅੰਦਰ ਕਹੀਆਂ ਜੀ। ਸਭ ਤੋਂ ਪਹਿਲੀ ਗੱਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਲਿਆ ਕਿਤੇ ਬੈਠ ਇਕਾਂਤ ਵਿੱਚ ਅਤੇ ਝਾਤ ਮਾਰ ਕੇ ਦੇਖ ਉਸ ਮਾਲਕ ਦੇ ਤੇਰੇ ਉੱਤੇ ਕਿਤਨੇ ਵੱਡੇ ਪਰ ਉਪਕਾਰ ਨੇ। ਉਸ ਮਾਲਕ ਨੇ ਤੇਰੇ ਉੱਤੇ ਕਿਤਨੀ ਵੱਡੀ ਕਿਰਪਾ ਕੀਤੀ ਹੈ, ਤੇਰੇ ਉੱਤੇ ਕਿਤਨੇ ਵੱਡੇ ਪਰ ਉਪਕਾਰ ਕੀਤੇ ਨੇ। ਚਲੋ ਜ਼ਿਆਦਾ ਤਾਂ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਤਨੇ ਉਸ ਮਾਲਕ ਨੇ ਤੇਰੇ 'ਤੇ ਪਰ ਉਪਕਾਰ ਕੀਤੇ ਨਾ ਉਹ ਗਿਣੇ ਨਹੀਂ ਜਾ ਸਕਦੇ।
पर मैं कुछ खास खास जो परोपकार ने वह तेरे नाल जिक्र करना चाहना। मत कि तू वह परोपकारा चेते करके तेरे अंदर उस मालिक की याद वस जाए। पहली गल उस मालिक के परोपकार जोड़े ने वह मनुख को चेते कराए जी आरंभक पद्या। दूसरी गल जी धन गुरु अर्जन देव पातशाह ने इस अष्टपदी के अंदर के जो श्लोक न खोलते पे न गुरु अर्जन देव पातशाह। दूसरी गल मनुख की फितरत दसी कि बंदा आया किस वास्ते धरती ते करदा की पया। चोला इसने मनुखां वाला पाया लेकिन करतूत आदि कैसी है। अगले पद्यां विच सतगुरां ने बार बार ये जिक्र किया भलिया देख तू एक मनुखी चोला पा के संसार ते आया ते सचमुच तेरे कर्म भी जड़े ने वह मनुखां वाले होने चाहिए ने। पहले उस परमात्मा वालों किए हुए परोपकार चेते कराए। दूजे नंबर से मनुख की फितरत दसी कि मनुख संसार से आके उन्होंने परोपकारा भुल के तो करता की है। तीसरे नंबर पर ना गुरु अर्जन देव पातशाह ने फिर जीव से तरस किया जी, जीव से क्यास किया। इस सचमुच बाणी की एक विशेषता दस अक्सर बेनती करता हूँ, कोई भी शब्द पढ़ो तुसी सारे शब्द में सतगुरु झंझूड़ते ने मनुख को, जे सचमुच तेनों वो परोपकार नहीं चेते आते पे तू होर ही धंधिया संसार से आके फस गया। तू वो सब कुछ भुल गया जो कुछ तेनों करना चाहिए। लै मैं तेरे नाल खड़े होकर उस मालिक के चरणों में अरदास करना जी। बड़ी तुसी बार बार बाणी में बचन पढ़ोगे पूरे शब्द में मेरे सतगुरु झंझूड़ते हैं मनुख को हलूना देंगे ने ते आखिर विच ना नाल खड़े होके ते अरदास कर देंदे सच्चे पातशाह यह निर्गुनियारा जीव है इहदे ते तरस करियो इसनू बख्श दियो ते इसनू आप अपने चरणा नाल जोड़ लियो। क्योंकि बंदे की हिम्मत नहीं कि उस मालिक दे चरणा नाल जुड़ जाए। वह मालिक ही किते तरस करे कृपा करे रहम करे ते बंदा उस मालिक दे चरणा नाल जुड़ सकता है। सो पहली गल जो गुरु अर्जन देव पातशाह के बड़े प्यार नाल सत्कार नाल अज दे पावन बचन सरवण करियो जी। मेरे सतगुर सलोक नू खोलदे होए की कहंदे ने, मरकंदे रमैया के गुण चेत परानी। इत्थे गुण का अर्थ वह गुण अवगुण नहीं, इत्थे गुण का अर्थ है परोपकार। धन गुरु अर्जन देव पातशाह कहंदे हे भाई उस परमात्मा दे तेरे उत्ते किन्ने परोपकार ने तू वह चेते कर, उन्हां नू याद कर। तू एक एक परोपकार नू जदों चेते करेंगा तेरे मुख तो आप ही उस मालिक का शुकराना निकल जाएगा, तेरे अंदरों प्यार विच भिज के फिर वाहिगुरु निकलेगा जदों तू उहदे कीते हुए परोपकारा नू याद करेंगा। मर कहिंदे रमैया के गुण चेत परानी, पहला परोपकार की है। मर कहिंदे कवन मोल ते कवन दृष्टानी, कितने याद कर भलिया तेरा वजूद की सी, तेरा मूल की है। धन गुरु अर्जन देव पातशाह जिहड़ी गल इत्थे कही ना, भगत रविदास जी ने भी वह नक्शा खिंचया जी। कहिंदे कितने याद कर ये जिहड़ा शरीर तेरा ढांचा बनया ना, इस शरीर नूं मटीरियल की लग्या। कहिंदे तू हैरान हो जाएगा की मटीरियल दे नाल इस शरीर उस मालिक ने तैयार कर दिता। कहिंदे जल की भीत पवन का थंबा, अरकत बुंद का गारा, हार्ड मास नाड़ी को पिंजर, पंखी वसा बेचारा, प्राणी क्या मेरा क्या तेरा, जैसे तरवर पंख बसेरा। कहिंदे याद कर भलिया तेरा वजूद की सी, तेरा मूल की सी, एक तो बिल्कुल बूंद सै, ते उस मालिक की कृपा देख तेनों सोना स्वरूप दे के एक दृष्टमान चीज बना के संसार ते भेज दिता। सब तो पहला तू इयो परोपकार देख, तू एवें गिले ते शिकवे करता रहना मैनू मालिक ने दिता की है, कि ते इस शरीर नू गौर नाल देख कितना बड़ा तेरे ते परोपकार किया, कितने बड़े बड़े देवते इस शरीर नू तरसदे पे ना। आपां एक बार नहीं अनेक बार ये बचन पढ़ते रहने हैं, पर दास एक सचमुच अंदर दा दर्द बयान करता हुंदा है। ये केवल तो केवल बाणी जिहड़ी है ये जबानी कलामी पढ़न वास्ते नहीं, ये सचमुच अंदर लै जाण वाली है। भगत कबीर साहब के पावन बचन ने तो मैं हैरानगी होंगी उस मौके, और बड़ा कमाल का नक्शा सामने आता जो सानू संसार से भेजा होगा जीवन तो उस मालिक के सामने कतारा लगिया हो गई, कितने जीव तरसते हो बन गए कि सानू भी मनुखी जीवन मिल जाए। जिमें भगत कबीर साहब कहते इस देही को सिमरे देव सो देही भज हर की सिव, देवते भी तरसते पे ना कितने सानू कितने मनुखी जीवन की दात मिल जाए। गुरु अर्जन देव पातशाह कहते तू पहला ही परोपकार याद करके तो कितने शुकराना कर, उसकी याद में जुड़ जा। दूसरा परोपकार कहड़ा जी, मार कहते जिन तू साज सवार सिंगारिया, जिस परमात्मा ने तेनों साजिया फिर सवारिया, सवारिया ही नहीं फिर तेनों संगार के ते संसार ते भेजिया, कितना सोहना स्वरूप दिता। और सब तो बड़ी गल की मार कहते मेरे करते एक खेल रचाया,
ਕੋਈ ਨਾ ਕਿਸੇ ਹੀ ਜਿਹਾ ਪਾਇਆ ਕਿਹੋ ਜਿਹੀ ਖੇਡ ਰਚੀ ਇੱਕ ਜੀਵ ਦਾ ਮੁਹਾਂਦਰਾ ਦੂਜੇ ਨਾਲ ਨਹੀਂ ਮਿਲਦਾ ਕਿਤਨੀ ਵੱਡੀ ਖੇਡ ਰਚੀ ਮੇਰੇ ਸਤਿਗੁਰਾਂ ਨੇ ਮਾਰ ਕਹਿੰਦੇ ਤੈਨੂੰ ਸਾਜਿਆ ਤੈਨੂੰ ਸਵਾਰਿਆ ਤੈਨੂੰ ਸੰਗਾਰਿਆ ਭਲਿਆ ਕਿਤਨੇ ਵੱਡੇ ਤੇਰੇ ਤੇ ਪਰ ਉਪਕਾਰ ਕੀਤੇ ਨੇ ਗਰਭ ਅਗਨ ਮੈਂ ਜਿਹਨੇ ਉਭਾਰਿਆ ਜਿਸ ਪਰਮਾਤਮਾ ਨੇ ਤੇਰੀ ਮਾਤਾ ਦੀ ਗਰਭ ਵਿੱਚ ਰੱਖਿਆ ਕੀਤੀ ਉੱਥੇ ਵੀ ਤੇਰੀ ਪਾਲਣ ਪੋਸ਼ਣ ਕੀਤੀ ਤੇਰੀ ਰੱਖਿਆ ਕੀਤੀ ਤੈਨੂੰ ਸੇਕ ਨਹੀਂ ਲੱਗਣ ਦਿੱਤਾ ਭਲਿਆ ਯਾਦ ਕਰ ਹਾਂ ਇਹਨਾਂ ਪਰ ਉਪਕਾਰਾਂ ਨੂੰ ਅਤੇ ਉਸ ਮਾਲਕ ਨੂੰ ਚੇਤੇ ਕਰ ਸਲੋਕ ਵਿੱਚ ਇਹੀ ਤਾਂ ਗੱਲ ਕਹੀ ਸਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀ ਗੱਲ ਕਹੀ ਸੀ ਮਾਰ ਕਹਿੰਦੇ ਜਿਨ ਕੀ ਆ ਤਿਸ ਚੇਤ ਰੱਖ ਨਾਨਕ ਨਿਭਹੀ ਨਾਲ ਮਾਰ ਕਹਿੰਦੇ ਬਾਰ ਵਿਵਸਥਾ ਤੁਜਾ ਪਿਆਰਾ ਦੂਧ ਜਦੋਂ ਤੂੰ ਬਾਲਕ ਅਵਸਥਾ ਵਿੱਚ ਸਨ ਤੂੰ ਬੱਚਾ ਸਾ ਤੈਨੂੰ ਕੋਈ ਪਤਾ ਨਹੀਂ ਸੀ ਕਿ ਕੀ ਖਾਣਾ ਚੰਗਾ ਅਤੇ ਕੀ ਖਾਣਾ ਨਹੀਂ ਚੰਗਾ ਤੇਰੇ ਵਾਸਤੇ ਤੂੰ ਬਾਅਦ ਵਿੱਚ ਸੰਸਾਰ 'ਤੇ ਆਇਆ ਲੇਕਿਨ ਤੇਰੀ ਖੁਰਾਕ ਦਾ ਉਸ ਪਰਮਾਤਮਾ ਨੇ ਪਹਿਲਾਂ ਹੀ ਇੰਤਜ਼ਾਮ ਕਰ ਦਿੱਤਾ ਜੀ ਅਜੇ ਤੇਰਾ ਜਨਮ ਹੋਣਾ ਸੀ ਲੇਕਿਨ ਸੱਚਮੁੱਚ ਮਾਤਾ ਦਾ ਦੁੱਧ ਜਿਹੜਾ ਤੇਰੇ ਵਾਸਤੇ ਪਹਿਲਾਂ ਹੀ ਤਿਆਰ ਕਰ ਦਿੱਤਾ ਕਿਤੇ ਤੈਨੂੰ ਖੁਰਾਕ ਦੀ ਕੋਈ ਪਰੇਸ਼ਾਨੀ ਨਾ ਆਏ ਉਹ ਭਲਿਆ ਇਹੋ ਜਿਹਾ ਪਰ ਉਪਕਾਰ ਚੇਤੇ ਕਰਕੇ ਉਸ ਮਾਲਕ ਨੂੰ ਚੇਤੇ ਕਰਿਆ ਕਰ ਕਿਤਨੇ ਵੱਡੇ ਤੇਰੇ 'ਤੇ ਪਰ ਉਪਕਾਰ ਜਿਹੜੇ ਗਿਣੇ ਨਹੀਂ ਜਾ ਸਕਦੇ ਮੈਂ ਕੁਝ ਖਾਸ ਖਾਸ ਪਰ ਉਪਕਾਰਾਂ ਦਾ ਜ਼ਿਕਰ ਕਰਨਾ ਪਿਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮਤਾਂ ਕਿਤੇ ਤੂੰ ਉਸ ਮਾਲਕ ਨਾਲ ਜੁੜ ਜਾਏ ਮਾਰ ਕਹਿੰਦੇ ਪਰ ਜੋਬਨ ਭੋਜਨ ਸੁੱਖ ਸੋਧ ਜਵਾਨੀ ਦਾ ਸਮਾਂ ਆਇਆ ਤੈਨੂੰ ਸਾਰੀ ਸੋਝੀ ਦੇ ਦਿੱਤੀ ਕਿ ਕੀ ਖਾਣਾ ਅਤੇ ਕੀ ਨਹੀਂ ਖਾਣਾ ਸਾਰੇ ਸੁੱਖਾਂ ਦੀ ਸੋਝੀ ਦੇ ਦਿੱਤੀ ਤੂੰ ਕੀ ਕਰਨਾ ਅਤੇ ਕੀ ਨਹੀਂ ਕਰਨਾ ਇਤਨਾ ਸਭ ਕੁਝ ਜਾਣਦੇ ਹੋਏ ਵੀ ਤਾਂ ਹੀ ਕਬੀਰ ਸਾਹਿਬ ਨੂੰ ਕਹਿਣਾ ਪਿਆ ਸੀ ਕਿ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਹੇ ਪਰ ਕਹਿੰਦੇ ਗਲਤੀ ਤਾਂ ਉਹ ਹੁੰਦੀ ਹੈ ਜੇ ਬੰਦੇ ਨੂੰ ਨਜ਼ਰ ਨਾ ਆਵੇ ਬੰਦਾ ਹੱਥ ਵਿੱਚ ਦੀਵਾ ਫੜ ਕੇ ਫਿਰ ਖੱਡੇ ਵਿੱਚ ਡਿੱਗੇ ਅਤੇ ਉਹ ਕਾਹਦੀ ਗਲਤੀ ਹੋਈ ਮਾਰ ਕਹਿੰਦੇ ਜਵਾਨੀ ਦਾ ਸਮਾਂ ਆਇਆ ਤੈਨੂੰ ਹਰ ਪ੍ਰਕਾਰ ਦੀ ਸੋਝੀ ਦੇ ਦਿੱਤੀ ਭਲਿਆ ਤਾਂ ਹੀ ਤਾਂ ਸਤਿਗੁਰ ਕਹਿ ਰਹੇ ਨੇ ਮਾਰ ਕਹਿੰਦੇ ਪਰ ਜੋਬਨ ਭੋਜਨ ਸੁੱਖ ਸੋਧ ਅੱਗੇ ਕੀ ਕਿਰਪਾ ਕੀਤੀ ਮਾਰ ਕਹਿੰਦੇ ਬਿਰਧ ਪਿਆ ਉੱਪਰ ਸਾਕ ਸਹਿਣ ਤੂੰ ਬਜ਼ੁਰਗ ਅਵਸਥਾ ਵਿੱਚ ਪੁੱਜਿਆ ਤੇਰੇ ਕਿਤਨੇ ਸਾਕ ਸੰਬੰਧੀ ਤਿਆਰ ਕਰ ਦਿੱਤੇ ਤੇਰੀ ਸੇਵਾ ਕਰਨ ਵਾਸਤੇ ਕਿਤੇ ਤੈਨੂੰ ਬਜ਼ੁਰਗ ਅਵਸਥਾ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਪਰਿਵਾਰ ਤਾਂ ਹੀ ਤਾਂ ਤੈਨੂੰ ਦਿੱਤਾ ਇਸ ਵਾਸਤੇ ਨਹੀਂ ਦਿੱਤਾ ਕਿ ਇਹਦੇ ਮੋਹ ਵਿੱਚ ਤੂੰ ਖਚਤ ਹੋ ਜਾਏ ਇਹ ਪਰਿਵਾਰ ਤਾਂ ਦਿੱਤਾ ਕਿ ਪਰਿਵਾਰ ਤੇਰੀ ਔਖੇ ਵੇਲੇ ਸੰਭਾਲ ਕਰ ਸਕੇ ਜੇ ਮੁੱਕ ਅਪਿਆਓ ਬੈਠ ਕੋ ਦੈਣ ਜਦੋਂ ਇਤਨੀ ਕੁ ਬਜ਼ੁਰਗ ਅਵਸਥਾ ਵਿੱਚ ਤੂੰ ਚਲਾ ਜਾਂਦਾ ਅਤੇ ਸੱਚਮੁੱਚ ਤੇਰੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਬੱਚੇ ਤੇਰੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਨੇ ਇਹ ਤਾਂ ਤੈਨੂੰ ਪਰਿਵਾਰ ਦਿੱਤਾ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹੀਓ ਗੱਲ ਜਿਹੜੀ ਮੈਂ ਸ਼ੁਰੂਆਤ ਵਿੱਚ ਕੀਤੀ ਸੀ ਕਿਤਨਾ ਵੱਡਾ ਤਰਸ ਕਰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਤਨਾ ਵੱਡਾ ਹਲੂਣਾ ਦੇ ਕੇ ਸਾਰੇ ਪਰ ਉਪਕਾਰ ਚੇਤੇ ਕਰਾ ਕੇ ਨਾ ਹੁਣ ਕਹਿੰਦੇ ਹੇ ਪ੍ਰਭੂ ਇਹ ਨਿਰਗੁਨਿਆਰਾ ਜੀਵ ਹੈ ਇਹ ਤੇਰੇ ਪਰ ਉਪਕਾਰਾਂ ਨੂੰ ਨਹੀਂ ਬੁੱਝਦਾ ਤੂੰ ਹੀ ਕਿਰਪਾ ਕਰ ਤੂੰ ਹੀ ਤਰਸ ਕਰ ਅਤੇ ਇਸ ਜੀਵ ਨੂੰ ਬਖਸ਼ ਕੇ ਅਤੇ ਆਪਣੇ ਚਰਨਾਂ ਨਾਲ ਜੋੜ ਲੈ ਕਿੰਨੇ ਪਿਆਰੇ ਬਚਨ ਕੀਤੇ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਾਰ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਹੇ ਪ੍ਰਭੂ ਇਹ ਨਿਰਗੁਨਿਆਰਾ ਜੀਵ ਹੈ ਇਹ ਤੇਰੇ ਗੁਣਾਂ ਨੂੰ ਕਿੱਥੇ ਬੁੱਝ ਸਕਦਾ ਹੈ ਇਹ ਤੇਰੇ ਪਰ ਉਪਕਾਰਾਂ ਨੂੰ ਕਿੱਥੇ ਸਮਝਦਾ ਪਿਆ ਤੂੰ ਹੀ ਕਿਰਪਾ ਕਰ ਤੂੰ ਹੀ ਤਰਸ ਕਰ ਇਹਦੇ 'ਤੇ ਮਤਾਂ ਕਿਤੇ ਇਹ ਤੇਰੇ ਪਰ ਉਪਕਾਰਾਂ ਨੂੰ ਬੁੱਝ ਜਾਏ ਬਖਸ਼ ਲਿਓ ਤੋ ਨਾਨਕ ਸਿੱਜਾ ਤੂੰ ਹੀ ਇਸ ਨੂੰ ਬਖਸ਼ ਦੇ ਅਤੇ ਬਖਸ਼ ਕੇ ਅਤੇ ਆਪਣੇ ਚਰਨਾਂ ਨਾਲ ਜੋੜ ਲੈ ਪਹਿਲੇ ਤਿੰਨ ਪਦਿਆਂ ਵਿੱਚ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਮਾਲਕ ਦੇ ਕੀਤੇ ਹੋਏ ਪਰ ਉਪਕਾਰ ਜਿਹੜੇ ਨੇ ਉਹ ਮਨੁੱਖ ਨੂੰ ਚੇਤੇ ਕਰਾਏ ਜੀ ਕੇਵਲ ਤਾਂ ਕੇਵਲ ਸਿਰਫ ਟੁੱਕ ਮਾਤਰ ਵਿਚਾਰ ਹੈ ਜੀ ਕਿਉਂਕਿ ਇਹ ਲੰਬੀ ਵਿਚਾਰ ਹੈ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਅਗਰ ਸਮੁੱਚੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਕਰਨੀ ਹੋਵੇ ਨਾ ਘੱਟੋ ਘੱਟ 200 ਦਿਨ ਦੀ ਇਹ ਕਥਾ ਹੈ ਜੀ ਕਿਉਂਕਿ 192 ਪੱਦੇ ਨਾ ਇਸ ਪਵਿੱਤਰ ਬਾਣੀ ਦੇ ਅੰਦਰ ਤਾਂ ਹੀ ਮਨ ਬਣਾਇਆ ਸੀ ਕਿਉਂ ਨਾ ਇਹਨਾਂ 'ਤੇ ਸਲੋਕਾਂ ਦੀ ਸੰਖੇਪ ਜੀ ਵਿਚਾਰ ਸਾਂਝੇ ਕੀਤੀ ਜਾਵੇ ਪਰ ਬਹੁਤ ਔਖਾ ਹੋ ਜਾਂਦਾ ਗੁਰੂ ਕੇ ਪਿਆਰ ਵੱਲੋਂ ਕਿਉਂਕਿ ਬਾਣੀ ਜਿਵੇਂ ਜਿਵੇਂ ਆਪਾਂ ਬਾਣੀ ਨੂੰ ਪਿਆਰ ਨਾਲ ਪੜ੍ਹਾਂਗੇ ਹੋਰ ਗਹਿਰਾਈ ਵਿੱਚ ਲੈ ਜਾਂਦੀ ਹੈ ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਹਿਲੇ ਆਰੰਭਕ ਪੱਦਿਆਂ ਵਿੱਚ ਨਾ ਉਸ ਮਾਲਕ ਦੇ ਕੀਤੇ ਹੋਏ ਪਰ ਉਪਕਾਰ ਜਿਹੜੇ ਨੇ ਉਹ ਜੀਵ ਨੂੰ ਚੇਤੇ ਕਰਾਏ ਹੁਣ ਦੂਸਰੇ ਨੰਬਰ 'ਤੇ ਕਿਹੜੀ ਗੱਲ ਕਹੀ ਮਹਾਰਾਜ ਨੇ ਮਨੁੱਖ ਦੀ ਫਿਤਰਤ ਬਿਆਨ ਕੀਤੀ ਜੀ ਕਿ ਮਨੁੱਖ ਧਰਤੀ 'ਤੇ ਆਉਂਦਾ ਉਹਦੇ ਪਰ ਉਪਕਾਰਾਂ ਨੂੰ ਭੁੱਲ ਕੇ ਕਰਦਾ ਕੀ ਹੈ ਜੀ ਬੜਾ ਪਿਆਰਾ ਬਚਨ ਜੇ ਅੱਗੇ ਧਿਆਨ ਨਾਲ ਸੁਣਿਓ ਦੋ ਕੁ ਪੱਦੇ ਮੈਂ ਸੈਂਟਰ ਵਾਲੇ ਲੈਣੇ ਨੇ ਅਤੇ ਆਖਰੀ ਇੱਕ ਪੱਦਾ ਲੈਣਾ ਮਿਲ ਕੇ ਆਪਾਂ ਅਰਦਾਸ ਕਰਨੀ ਮਰ ਕਹਿੰਦੇ ਬੰਦੇ ਦੀ ਫਿਤਰਤ ਪਤਾ ਕੀ ਹੈ ਰਤਨ ਤਿਆਗ ਕੌਡੀ ਸੰਗ ਰਚੈ ਇਹ ਮਨੁੱਖ ਕਰਦਾ ਕੀ ਹੈ ਇਹ ਪਰਮਾਤਮਾ ਦਾ ਰਤਨ ਰੂਪੀ ਨਾਮ ਛੱਡ ਕੇ ਨਾ ਅਤੇ ਕੌਡੀਆਂ ਦੇ ਪਿੱਛੇ ਲੱਗ ਜਾਂਦਾ ਸਾਰੀ ਉਮਰ ਇਹ ਕੌਡੀਆਂ ਇਕੱਠੀਆਂ ਕਰਦਾ ਰਹਿੰਦਾ ਸਤਿਗੁਰਾਂ 'ਤੇ ਜਿੱਥੇ ਨਾਮ ਨੂੰ ਰਤਨ ਨਾਲ ਤੁਲਨਾ ਕੀਤੀ ਨਾ ਉੱਥੇ ਜੀਵਨ ਨੂੰ ਵੀ ਸਤਿਗੁਰਾਂ ਨੇ ਰਤਨ ਆਖਿਆ ਇਹ ਜੀਵਨ ਨੂੰ ਵੀ ਹੀਰੇ ਜੈਸਾ ਆਖਿਆ ਮਰ ਕਹਿੰਦੇ ਰਹਿਣ ਗਵਾਈ ਸੋਇਕ ਹੈ ਦਿਵਸ ਗਵਾਇਆ ਖਾਏ
हीरे जैसा जन्म है कौडी बदला जाए। वह भलिया तेन हीरे जैसा जन्म दिता से पर बदकिस्मती तू कौडिया के भाग गुआ दिता तो मनुख संसार से आके इस जीवन की कदर ना करता होया तो करता भी यहोजे कर्म है। मार कहते रतन रूपी परमात्मा का नाम छड़ के ते कौडिया विच रच जाता अपने जीवन का मकसद ही भुल जाता। मार कहते साच छोड़ झूठ संग मचा ये सच्चे परमात्मा छड़ के ते झूठ विच रच जाता झूठ के पिछे तुर पैंदा जी। जो छड़ना सो अस्तर कर मन जो कुछ छड़ के चले जाना ना उसनू ये अटल समझ के बैठ जाता पक्का समझ के बैठ जाता ता ही उन्हें चीज़ों को यह जफ्फे चाड़ता जी। मार कहते जो हो बन सो दूर पराना जिहड़ी मौत एक दिन आनी है जो मौत होनी है मेरे पातशाह कहिंदे उहनू भुल के उसनू यह दूर समझदा ता ही तां धन गुरु तेग बहादुर पातशाह ने बचन किया ना। मार कहिंदे चिंता तां की कीजी है जो अनहोनी होए ए मार्ग संसार को नानक थिर नहीं कोई। मौत होनी है भलिया ये अनहोनी नहीं। मार कहिंदे जिहड़ी चीज़ होनी है उसनू यह विसार बैठा उसनू दूर समझदा पिया। छोड़ जाए तिसका श्रम कर जो कोई छड़ के चले जाना ना उन्होंने इकट्ठे करने विच मेहनत कर रहे हैं। मैं कल भी बेनती की सी बंदा कितनी मेहनत करता है कितना कुछ इकट्ठा करता है बाखूबी नाल उसनू संभालदा उही गल सतगुर कहिंदे श्रम का अर्थ है मेहनत करता। मार कहिंदे जो कोई छड़ के जाना उहदे वास्ते कितनी मेहनत करता है संग सहाई तिस पर हरा जिहड़ा परमात्मा नाल रहिंदा है साडी रक्षा करता है उसनू यह त्याग दिंदा है उसनू चेते नहीं करता। मार कहिंदे चंदन लेप उतारा तोए ते कितनी कमाल की उदाहरण दिती है। मार कहिंदे जिवें गधा ना उहनूं चंदन का लेप कर दे उसनूं चंदन की सार नहीं जी वह फिर सचमुच मिट्टी घटे च लेट के वह चंदन का लेप उतार दिंदा है। कहिंदे बंदे नूं भी हे परमात्मा तेरे पर उपकारां की कदर नहीं लई गधा की करदा। मार कहिंदे चंदन लेप उतारा तोए गर्तव प्रीत भसम संग होए वह गधा क्यों उतार दिंदा चंदन का लेप क्योंकि उहदी प्रीत का प्यार जिहड़ा ना राख नाल है खेह नाल है वह खेह विच लेटना पसंद करदा उहनूं की लगे चंदन की है चंदन की कदर ही उसनू कोई नहीं जी। धन गुरु अर्जन देव पातशाह ने पदे की संपूर्णता की है फिर अरदास की मार कहते अंध कोप मैं पतित विकराल यह बंदा माया के अन्ने खूह च डिग्या रहिंदा है नानक काढ लियो प्रभ दयाल ए मालका तू तरस कर ते इस जीव नू काढ लै। मार कहिंदे अगले पदे च करतूत पशु की मानस जात जात मनुखां वाली है चोला मनुखां वाला पाया पर करतूतां जिहड़ियां पशुआं वालियां करदा पिया लोक पचारा करै दिन रात लोगों को पत्यान पिछे लगा होया दिन रात लोगों को खुश करने पिछे लगा होया कदे इसने परमात्मा की प्रसन्नता लैण दा जतन नहीं किया जी। करता की है बार भेख अंतर मल माया बार सचमुच बड़े पहरावे करता है बार दे बाने धार्मिक पा पा के दसदा है पर अंदर मैल भरी हुई है शब चनाए कछ कर छपाया ये बार दे बाने करके धार्मिक लिबास करके तो जो कुछ छपाण का जतन करना पाया एक दिन सब कुछ सामने आ जाना जी। बाहर ज्ञान ध्यान इशनान बार मुखी कितनिया ज्ञान दियां गल्लां करदा समाधियां लांदा तीर्थां ते जाके इशनान करदा पर अंदर की है जी अंतर व्यापै लोभ सवान अंतर लोभ रूपी कुत्ता भौंकदा रहिंदा बाहरों दिखावा करदा बाहरों धार्मिक बाना पाँदा धार्मिक पहरावा पाँदा मैं लोगों में धार्मिक लभ सकां पर अंदर करतूत वैसी नहीं ना। अगे सतगुरु की कहिंदे अंतर अगन बाहर तन सुआ अंदर ते अग मची हुई है ते बाहर पिंडे ते सुआ मली हुई। इत्थे मैं दो मिनट एक घटना सांझी करना चाहना जी। धन गुरु कलगीधर पातशाह गुरु गोबिंद सिंह महाराज का दरबार लगा सी छामा दा समा सी ते एक साधु आया जिसने अपने पिंडे ते सुआ मली हुई सी आम संगत बैठी है गुरु कलगीधर पातशाह दे दरबार च कीर्तन हुंदा पिया वह साधु भी आके ते उस संगत विच बैठ गया जिसने पिंडे ते सुआ मली सी नाल ही भाई सुथरा बैठा तुसीं जानदे हो छोटियां छोटियां खेडां खेड के बहुत बड़ियां सिख्यावां दे जांदा सी वह पिछे बैठा तो साधु नूं देखिया पिंडे ते सुआ मली है उहनूं पिछे उसनूं ठोला मार के ना कहिंदा भाई तेरा नाम की है वह कहिंदा मेरा नाम भाई शीतल दास है। दो चार मिनट रुक के ना दोबारा उहदे पिठ ते घसुन मार के ना कहिंदा मैं भुल गया मैनूं दस्सो तुहाडा नाम की है कहिंदा मैं तैनूं दस्सिया थोड़ी ट्यून उच्ची हो गई थोड़े गुस्से विच कहिंदा तैनूं मैं दस्सिया मेरा नाम शीतल दास है। होर दो चार मिनट ठहरिया पांच मिनट रुक के फिर तीसरी बार उहदे पिठ च हूरा मार के ना ते कहिंदा मैं भुल गया दोबारा मैनूं दस तेरा नाम की है वह गुस्से विच आके वह साधु उठिया तो भाई सुथरे की गल ते चपेट कढ मारी कहिंदा मैं दो तीन बार तैनूं दस्सिया मेरा नाम शीतल दास है
ਜਦੋਂ ਉਹਦੇ ਮੂੰਹ ਤੇ ਚਪੇਟ ਵੱਜੀ ਨਾ ਤੇ ਉੱਠ ਕੇ ਜ਼ੋਰ ਜ਼ੋਰ ਕੇ ਹੱਸਣ ਲੱਗ ਪਿਆ, ਗੜਾਕੇ ਮਾਰਨ ਲੱਗ ਪਿਆ। ਕਹਿੰਦਾ ਲੋਕ ਉੱਥੇ ਸੰਗਤ ਵਿੱਚ ਬੈਠੀ ਸੰਗਤ ਸਾਰੀ ਹੈਰਾਨ ਹੋ ਗਏ, ਤੇਰੇ ਮੂੰਹ ਤੇ ਇਸਨੇ ਚਪੇਟਾਂ ਮਾਰੀਆਂ ਸਾਧੂ ਨੇ, ਤੂੰ ਜ਼ੋਰ ਜ਼ੋਰ ਦੀ ਹੱਸਣ ਲੱਗ ਪਿਆ, ਇਹਦਾ ਕੀ ਕਾਰਨ? ਕਹਿੰਦਾ ਮੈਂ 3-4 ਦਿਨਾਂ ਤੂੰ ਦੇਖਦਾ ਪਿਆ ਸਾਂ, ਇਹਦੇ ਪਿੰਡੇ ਤੇ ਸਵਾਹ ਮਲੀ ਸੀ, ਲੇਕਿਨ ਸਵਾਹ ਤਾਂ ਹੀ ਨਿਕਲਦੀ ਹੈ ਜੇ ਪਹਿਲਾਂ ਅੱਗ ਬਲੀ ਹੋਏ। ਮੈਂ ਦੇਖਦਾ ਪਿਆ ਸਾਂ, ਸੋਚਦਾ ਪਿਆ ਸਾਂ, ਅੱਗ ਤੇ ਕਿਤੇ ਨਜ਼ਰ ਨਹੀਂ ਆਉਂਦੀ ਵੀ ਸਵਾਹ ਕਿੱਥੋਂ ਆ ਗਈ ਹੈ। ਕਹਿੰਦੇ ਪਤਾ ਤੇ ਹੋਣ ਲੱਗਾ ਅੱਗ ਦੇ ਅੰਦਰ ਲੱਗੀ ਹੋਈ ਹੈ, ਇਹ ਤਾਂ ਹੀ ਸਵਾਹ ਇਸਦੀ ਬਾਹਰ ਨਜ਼ਰ ਆਉਂਦੀ ਪਈ। ਬੰਦੇ ਦੇ ਅੰਦਰ ਕੁਝ ਹੈ, ਇਹ ਬਾਹਰ ਕੁਝ ਦੱਸਣ ਦਾ ਯਤਨ ਕਰਦਾ। ਕਹਿੰਦੇ ਭਲਿਆ ਅੰਦਰ ਨੂੰ ਠੰਡਕ ਪਹੁੰਚਾ, ਅੰਦਰ ਪਰਮਾਤਮਾ ਦੇ ਨਾਮ ਕਰਕੇ ਠੰਡਾ ਹੋਣਾ, ਨਾਮ ਤੋਂ ਸੀਤਲ ਦਾਸ ਰੱਖਿਆ, ਅੰਦਰ ਤੇਰੀ ਅੱਗ ਭੜਕੀ ਹੋਈ ਹੈ। ਇਹ ਅੰਦਰ ਦੇਖਦਾ ਗੁਰੂ ਜਾਂ ਪਰਮਾਤਮਾ ਨਾ, ਉਹ ਬਾਹਰ ਦਾ ਲਿਬਾਸ ਨਹੀਂ ਦੇਖਦਾ ਕਿ ਅਸੀਂ ਬੜੇ ਸੋਹਣੇ ਚਿੱਟੇ ਕੱਪੜੇ ਪਾਏ ਨੇ, ਬੜਾ ਸੋਹਣਾ ਬਾਣਾ ਪਾਇਆ। ਮੇਰਾ ਗੁਰੂ ਕਹਿੰਦਾ ਤੇਰਾ ਮਨ ਚਿੱਟਾ ਹੋਣਾ ਚਾਹੀਦਾ, ਤੇਰਾ ਮਨ ਸਾਫ਼ ਹੋਣਾ ਚਾਹੀਦਾ, ਤਾਂ ਤੇਰਾ ਸੰਸਾਰ ਤੇ ਆਣਾ ਪ੍ਰਵਾਨ ਹੋਣਾ। ਸੋ ਸਤਿਗੁਰਾਂ ਨੇ ਇੱਥੇ ਬੜੀ ਕਮਾਲ ਦੀ ਗੱਲ ਕਹੀ। ਮਾਰ ਕਹਿੰਦੇ ਅੰਤਰ ਅਗਨ ਵਾਰ ਤਨ ਸਵਾਹ, ਗੱਲ ਪਾਥਰ ਕੈਸੇ ਤਰ੍ਹਾਂ ਅਥਾ। ਉਹ ਭਰਿਆ ਗੱਲ ਵਿੱਚ ਤੂੰ ਵਿਕਾਰਾਂ ਦਾ ਪੱਥਰ ਪਾਇਆ ਹੋਇਆ, ਗੱਲ ਵਿੱਚ ਕਿਸੇ ਨੇ ਪੱਥਰ ਬੰਨਿਆ ਹੋਏ ਬੁਰਾਈਆਂ ਦਾ, ਉਹ ਕਿਵੇਂ ਬਚ ਸਕਦਾ ਹੈ? ਜੇ ਤਰਨਾ ਤੇ ਪੱਥਰ ਨੂੰ ਉਤਾਰਨਾ ਪਏਗਾ। ਮੇਰੇ ਪਾਤਸ਼ਾਹ ਕਹਿੰਦੇ ਜਾਂ ਕੈ ਅੰਤਰ ਵਸੈ ਪ੍ਰਭ ਆਪ। ਭਲਿਆ ਜੇ ਸੱਚਮੁੱਚ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦਾ, ਜੇ ਆਤਮਕ ਅਡੋਲਤਾ ਜਾਣਨਾ, ਤੇ ਇੱਕ ਕੰਮ ਕਰ ਲੈ ਸੱਜਣਾ, ਜਾਂ ਕੈ ਅੰਤਰ ਵਸੈ ਪ੍ਰਭ ਆਪ, ਜਿਸ ਜਿਸ ਮਨੁੱਖ ਦੇ ਅੰਦਰ। ਇੱਥੇ ਕੋਈ ਜਾਤ ਦਾ ਵਿਤਕਰਾ ਨਹੀਂ ਜੀ, ਕਿਤਨੀ ਕਮਾਲ ਦੀ ਗੱਲ ਸਤਿਗੁਰਾਂ ਨੇ, ਕਿਤਨੇ ਮੈਂ ਕਹਿੰਦਾ ਵਿਸ਼ਾਲ ਹਿਰਦਾ ਸੀ ਦਾਸ। ਕਈ ਵਾਰੀ ਬੇਨਤੀ ਕਰਦਾ ਹੁੰਦਾ, ਇੱਕੋ ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਸਾਰਿਆਂ ਨੂੰ ਇੱਕੋ ਗਲਵਕੜੀ ਵਿੱਚ ਲਿਆ ਜਾਂਦਾ। ਆਓ ਭਾਈ, ਤੁਸੀਂ ਕਿਸੇ ਨਾਮ ਕਰਕੇ ਰੱਬ ਨੂੰ ਯਾਦ ਕਰੋ, ਤੁਸੀਂ ਕਰੋ ਸਹੀ ਭਲਿਓ। ਮੇਰੇ ਪਾਤਸ਼ਾਹ ਕਹਿੰਦੇ ਜਾਂ ਕੈ ਅੰਤਰ ਵਸੈ ਪ੍ਰਭ ਆਪ, ਜਿਸ ਜਿਸ ਮਨੁੱਖ ਦੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਨਾਨਕ ਤੇਜਾਂ ਸਹਿ ਸਮਾਧ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਲਿਆ ਉਹ ਜੀ ਫਿਰ ਆਤਮਕ ਅਡੋਲਤਾ ਨੂੰ ਪਾ ਲੈਂਦਾ। ਸੋ ਸਤਿਗੁਰਾਂ ਨੇ ਨਾ ਅਗਲੇ ਫਿਰ 2-3 ਪਦਿਆਂ ਵਿੱਚ ਮਨੁੱਖ ਦੀ ਫਿਤਰਤ ਦੱਸੀ ਹੈ, ਅਤੇ ਲਾਸਟ ਵਿੱਚ ਸਤਿਗੁਰ ਕਹਿੰਦੇ ਆਹ ਮੈਨੂੰ ਤੇਰੇ 'ਤੇ ਤਰਸ ਆ ਰਿਹਾ ਭਲਿਆ, ਤੇਰੇ 'ਤੇ ਰਹਿਮ ਆ ਰਿਹਾ, ਕਿਉਂ ਨਾ ਮੈਂ ਤੇਰੇ ਵਾਸਤੇ ਅਰਦਾਸ ਕਰਾਂ। ਗੁਰੂ ਕੀ ਬਾਣੀ ਦੀ ਵਿਸ਼ੇਸ਼ਤਾ, ਗੁਰੂ ਕੇ ਪਿਆਰ ਵਾਲਿਓ, ਇਹ ਸਾਡੀ ਤਰਫੋਂ ਗੱਲ ਕੀਤੀ ਹੈ, ਲੇਕਿਨ ਸਤਿਗੁਰਾਂ 'ਚ ਕਿਤਨੀ ਨਿਮਰਤਾ ਹੈ, ਆਪ ਨਾਲ ਖੜ੍ਹੇ ਹੋ ਕੇ ਸਾਡਾ ਪਾਰ ਉਤਾਰਾ ਕਰਨਾ ਚਾਹੁੰਦੇ। ਦਾਸ ਨੇ ਕਈ ਵਾਰੀ ਬੇਨਤੀ ਕੀਤੀ ਸੀ ਨਾ ਕਿ ਸਾਡੇ ਆਉਣ ਵਿੱਚ ਅਤੇ ਗੁਰੂ ਦੇ ਆਉਣ ਵਿੱਚ ਕੀ ਫਰਕ ਹੈ? ਅਸੀਂ ਆਏ ਹਾਂ ਕਰਮਾਂ ਦੇ ਬੱਧੇ, ਅਸੀਂ ਮੁਕਤ ਹੋਣ ਵਾਸਤੇ ਆਏ ਹਾਂ, ਪਰ ਮੇਰਾ ਗੁਰੂ ਮੁਕਤ ਹੋਣ ਵਾਸਤੇ ਨਹੀਂ ਆਇਆ, ਮੇਰਾ ਗੁਰੂ ਮੁਕਤ ਕਰਨ ਵਾਸਤੇ ਆਇਆ ਜੀ। ਤਾਂ ਹੀ ਤਾਂ ਆਪਾਂ ਬਚਨ ਪੜ੍ਹਦੇ ਹਾਂ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰਿਆ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਉਹ ਆਪਣੇ ਵਾਸਤੇ ਨਹੀਂ ਆਏ ਜੀ, ਉਹ ਆਏ ਪਰ ਉਪਕਾਰ ਕਰਨ ਵਾਸਤੇ ਨੇ, ਆਏ ਸੰਸਾਰ ਦਾ ਕਲਿਆਣ ਕਰਨ ਵਾਸਤੇ ਨੇ। ਤਾਂ ਹੀ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੱਲ ਗੁਰੂ ਨਾਨਕ ਆਇਆ, ਉਹ ਆਏ ਇਸ ਕੱਲ ਨੂੰ ਉਤਾਰਨ ਵਾਸਤੇ ਨੇ, ਇਹ ਦੁਨੀਆਂ ਦਾ ਪਾਰ ਉਤਾਰਾ ਕਰਨ ਵਾਸਤੇ ਆਏ ਨਾ, ਉਹ ਆਪਣੇ ਵਾਸਤੇ ਨਹੀਂ ਆਏ। ਅਸੀਂ ਲੋਕ ਆਪਣੇ ਵਾਸਤੇ ਆਏ ਹਾਂ, ਤੇ ਕੋਈ ਬਿਰਲੀ ਰੂਹ ਆ ਜੋ ਆਪ ਜੀਵਨ ਮੁਕਤ ਹੋਣ ਦਾ ਯਤਨ ਕਰਦੇ ਆ, ਨਹੀਂ ਤਾਂ ਹੋਰ ਹੀ ਝਮੇਲਿਆਂ ਵਿੱਚ ਬੰਦੇ ਦਾ ਜੀਵਨ ਨਿਕਲ ਜਾਂਦਾ। ਪਰ ਮੇਰਾ ਗੁਰੂ ਸੱਚਮੁੱਚ ਸੰਸਾਰ ਦੀ ਬੰਦ ਖਲਾਸੀ ਕਰਨ ਵਾਸਤੇ ਆਇਆ, ਸੰਸਾਰ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਆਇਆ। ਸੋ ਸਤਿਗੁਰਾਂ ਨੇ ਨਾ ਇਸ ਅਸ਼ਟਪਦੀ ਦੇ ਲਾਸਟ ਵਿੱਚ ਕਹਿੰਦੇ ਆ ਭਲਿਆ ਮੈਂ ਤੇਰੇ ਵਾਸਤੇ ਅਰਦਾਸ ਕਰਾਂ, ਅਤੇ ਤੂੰ ਵੀ ਹੱਥ ਜੋੜ ਗੱਲ ਵਿੱਚ ਪਾ ਪੱਲੂ, ਅਤੇ ਮੇਰੇ ਨਾਲ ਖੜਾ ਉੱਤੇ ਆ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਿਵੇਂ ਅਰਦਾਸ ਕਰਨੀ ਆ? ਤੂੰ ਠਾਕੁਰ ਤੁਮ ਪੇ ਅਰਦਾਸ, ਹੇ ਪ੍ਰਭੂ ਤੂੰ ਸਾਡਾ ਮਾਲਕ ਹੈ। ਤੁਸੀਂ ਦੇਖਿਓ ਮੈਂ ਸਾਦੇ ਜੇ ਸ਼ਬਦ ਵਰਤਾ, ਕਿਤਨੀ ਕਲੇਜੇ ਨੂੰ ਠੰਡ ਪੈਂਦੀ ਹੈ ਜਦੋਂ ਆਪਾਂ ਸਮਰਪਿਤ ਹੋ ਕੇ ਅਰਦਾਸ ਕਰਾਂਗੇ। ਅੱਜ ਤਾਂ ਮੈਂ ਕਹਿੰਦਾ ਅੰਦਰੋਂ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਜੀ, ਜਵਾਨ ਤੋਂ ਤਾਂ ਬੜਾ ਗਿਆਨ ਪ੍ਰਗਟ ਕੀਤਾ ਜਾ ਰਿਹਾ, ਹਰ ਕੋਈ ਕਹਿੰਦਾ ਮੇਰੇ ਤੋਂ ਵੱਡਾ ਕੋਈ ਗਿਆਨੀ ਹੋ ਨਹੀਂ ਸਕਦਾ, ਪਰ ਅੰਦਰ ਝਾਤ ਵੱਜੇ ਤਾਂ ਨਿਰਾਸ਼ਾ ਹੀ ਹੱਥ ਵਿੱਚ ਆਉਂਦੀ ਹੈ। ਯਕੀਨ ਜਾਣਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਲਿਓ ਸਭ ਤੋਂ ਪਹਿਲਾ ਕੰਮ ਇਹ ਕਰੋ, ਆਪਣੇ ਆਪ ਨੂੰ ਸਮਰਪਿਤ ਕਰੋ ਕਿ ਹੇ ਪ੍ਰਭੂ ਤੂੰ ਸਾਡਾ ਮਾਲਕ ਹੈ, ਤੂੰ ਠਾਕੁਰ ਤੋਂ ਪੇ ਅਰਦਾਸ, ਅਤੇ ਸਾਡੀ ਤੇਰੇ ਅੱਗੇ ਹੀ ਅਰਦਾਸ ਹੈ ਨਾ, ਹੋਰ ਕਿਹੜੀ ਥਾਂ ਜਿੱਥੇ ਆਪਾਂ ਜਾਈਏ ਜਿਹਦੇ ਅੱਗੇ ਆਪਾਂ ਅਰਦਾਸ ਕਰੀਏ? ਬੜੇ ਬੇਅੰਤ ਪ੍ਰਮਾਣ ਸਾਹਮਣੇ ਆਉਂਦੇ ਨੇ, ਪਰ ਸਮੇਂ ਦੀ ਬੰਦਸ ਦਾਸ ਅਕਸਰ ਬੇਨਤੀ ਕਰਦਾ ਹੁੰਦਾ। ਮਹਾਰਾਜ ਕਹਿੰਦੇ ਜੀਓ ਪਿੰਡ ਸਭ ਤੇਰੀ ਰਾਸ, ਇਹ ਸਰੀਰ ਪਿੰਡ ਕਹਿੰਦੇ ਸਰੀਰ ਨੂੰ, ਇਹ ਜਿੰਦ ਜਾਨ ਤੇਰੀ, ਤੇਰਾ ਇਹ ਸਰੀਰ ਵੀ ਤੇਰਾ, ਸਭ ਤੇਰੀ ਰਾਸ, ਜੋ ਕੁਝ ਅੱਜ ਮੇਰੇ ਕੋਲ ਹੈ ਨਾ, ਇਹ ਸਾਰੀ ਰਾਸ ਪੂੰਜੀ ਪ੍ਰਭੂ ਤੇਰੀ ਦਿੱਤੀ ਹੋਈ ਹੈ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਪਤਾ ਕੌਣ ਸ਼ੁਕਰਾਨੇ ਵਿੱਚ ਜੁੜਦਾ, ਜਿਸ ਨੂੰ ਇਹ ਗੱਲ ਸਮਝ ਆ ਜਾਏ ਕਿ ਜੋ ਕੁਝ ਵੀ ਅੱਜ ਮੇਰੇ ਕੋਲ ਹੈ ਨਾ, ਇਹ ਸਾਰਾ ਉਸ ਪਰਮਾਤਮਾ ਦਾ ਦਿੱਤਾ ਹੋਇਆ।
ਮਾਰੇ ਕਹਿੰਦੇ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਹੇ ਪ੍ਰਭੂ ਤੂੰ ਸਾਡਾ ਮਾਤਾ ਪਿਤਾ ਕਹੋ ਹੈ ਇੱਕ ਵਾਰ ਪਿਆਰ ਨਾਲ। ਸੱਚਮੁੱਚ ਤੁਸੀਂ ਦੇਖਿਓ ਕਿਵੇਂ ਅੰਦਰ ਠੰਡਕ ਮਹਿਸੂਸ ਹੁੰਦੀ ਆ। ਅਸੀਂ ਤਾਂ ਹੋਰ ਹੀ ਦਾਵਾ ਕਰਕੇ ਬੈਠੇ ਹੋਏ ਹਾਂ ਜੀ, ਇੱਕ ਵਾਰ ਕਿਤੇ ਸਮਰਪਿਤ ਹੋਣ ਦੀ ਜਾਚ ਆ ਜਾਏ। ਮਾਰੇ ਕਹਿੰਦੇ ਹੇ ਪ੍ਰਭੂ ਤੂੰ ਸਾਡਾ ਮਾਤਾ ਪਿਤਾ ਹੈ ਅਤੇ ਅਸੀਂ ਤੇਰੇ ਬੱਚੇ ਹਾਂ। ਅਤੇ ਸੱਚਮੁੱਚ ਜਦੋਂ ਬਾਲਕ ਬੁੱਧ ਲੈ ਕੇ ਮਾਲਕ ਦੇ ਦਰ 'ਤੇ ਜਾਵਾਂਗੇ ਨਾ, ਅਤੇ ਬਾਲਕ ਸਮਝ ਕੇ ਜਦੋਂ ਆਪਣੇ ਆਪ ਨੂੰ ਜਾਵਾਂਗੇ ਅਤੇ ਉਹ ਮਾਲਕ ਜ਼ਰੂਰ ਸਾਨੂੰ ਬਖਸ਼ ਦੇਵੇਗਾ, ਕਿਉਂਕਿ ਮਾਲਕ ਇਹ ਹੀ ਬਖਸ਼ਣਹਾਰ ਹੈ ਨਾ, ਉਹਦਾ ਸੁਭਾਅ ਹੀ ਬਖਸ਼ਣਹਾਲ ਹੈ। ਅਤੇ ਇਸ ਕਰਕੇ ਉਹਦੇ ਦਰ 'ਤੇ ਬੱਚੇ ਬਣ ਕੇ ਜਾਣਾ, ਕਹਿਣਾ ਮਾਲਕਾ ਤੂੰ ਸਾਡਾ ਮਾਤਾ ਪਿਤਾ, ਤੁਮਰੀ ਕਿਰਪਾ ਮੈਂ ਸੁੱਖ ਕਨੇਰੇ, ਕਿਉਂਕਿ ਤੇਰੀ ਕਿਰਪਾ 'ਚ ਇਹੋ ਜਿਹੇ ਸੁੱਖ ਨੇ, ਘਨੇਰੇ ਸੁੱਖ ਨੇ, ਜਿਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੰਸਾਰ ਦੇ ਜਿਹੜੇ ਸੁੱਖ ਨੇ ਨਾ, ਇਹ ਥੋੜ੍ਹ ਚਿਰੇ ਸੁੱਖ ਨੇ, ਇਹ ਸਦੀਵ ਕਾਲ ਦੇ ਨਿਭਣ ਵਾਲੇ ਨਹੀਂ। ਪਰ ਜਿਹੜਾ ਪਰਮਾਤਮਾ ਦੀ ਕਿਰਪਾ ਵਿੱਚ ਸੁੱਖ ਹੈ ਨਾ, ਉਹ ਸਦੀਵੀ ਸੁੱਖ ਹੈ ਜੀ, ਉਹ ਸੁੱਖ ਕਦੇ ਖਤਮ ਨਹੀਂ ਹੁੰਦਾ। ਦੱਸ ਕਈ ਵਾਰੀ ਬੇਨਤੀ ਕਰਦਾ ਹੁੰਦਾ, ਉਹ ਲੋਕਾਂ ਨੇ ਯਤਨ ਕੀਤਾ, ਜ਼ਾਲਮ ਲੋਕਾਂ ਨੇ, ਕਿ ਤੱਤੀ ਤਵੀ 'ਤੇ ਬਿਠਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੁਖੀ ਕੀਤਾ ਜਾਏ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਕੇ ਦੁਖੀ ਕੀਤਾ ਜਾਏ, ਉਹ ਸੁੱਖ ਨੂੰ ਖੋਇਆ ਜਾਏ। ਗੁਰੂ ਕਲਗੀਧਰ ਪਾਤਸ਼ਾਹ ਦਾ ਸਾਰਾ ਪਰਿਵਾਰ ਉਹਨਾਂ ਨੇ ਵਾਰ ਦਿੱਤਾ, ਪਰ ਜ਼ਾਲਮ ਜਿਹੜਾ ਉਹ ਸੁੱਖ ਨਹੀਂ ਖੋ ਸਕਿਆ। ਇੱਥੇ ਬਸ ਨੇ, ਇਤਿਹਾਸ ਭਰਿਆ ਪਿਆ ਗੁਰੂ ਕੇ ਪਿਆਰ ਵਾਲਿਓ। ਬਾਬਾ ਬੰਦਾ ਸਿੰਘ ਬਹਾਦਰ ਦਾ ਬੰਦ ਬੰਦ ਕੱਢ ਦਿੱਤਾ, ਭਾਈ ਮਨੀ ਸਿੰਘ ਦਾ, ਭਾਈ ਤਾਰੂ ਸਿੰਘ ਜੀ ਦਾ ਖੋਪੜ ਲਾ ਦਿੱਤਾ, ਕਾਹਦੇ ਵਾਸਤੇ ਕਿਤੇ ਇਹਨਾਂ ਕੋਲੋਂ ਸਦੀ ਵੀ ਸੁੱਖ ਖੋਇਆ ਜਾ ਸਕੇ। ਪਰ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦੇ ਨਾ, ਮੇਰੇ ਸਤਿਗੁਰ ਕਹਿੰਦੇ ਉਹ ਘਨੇਰੇ ਸੁੱਖਾਂ ਦੇ ਮਾਲਕ ਬਣ ਜਾਂਦੇ ਨਾ, ਉਹ ਕਦੇ ਜ਼ਿੰਦਗੀ 'ਚ ਫਿਰ ਦੁਖੀ ਨਹੀਂ ਹੁੰਦੇ ਜੀ। ਉਹ ਸੱਚਮੁੱਚ ਜੇ ਦੁੱਖ ਦਾ ਸਮਾਂ ਆਉਂਦਾ ਤਾਂ ਵੀ ਉਹ ਸੁੱਖੀ ਅਵਸਥਾ ਵਿੱਚ ਰਹਿੰਦੇ ਨੇ, ਤਾਂ ਵੀ ਉਸਦੇ ਭਾਣੇ ਵਿੱਚ ਸੁੱਖ ਮਾਣਦੇ ਨੇ ਜੀ। ਕੋਈ ਨਾ ਜਾਣੈ ਤੁਮਰਾ ਅੰਤ, ਹੇ ਪ੍ਰਭੂ ਤੇਰਾ ਕੋਈ ਅੰਤ ਨਹੀਂ ਜਾਣ ਸਕਦਾ, ਕੋਈ ਅੰਤ ਨਹੀਂ ਪਾ ਸਕਦਾ। ਕਿਉਂ ਉੱਚੇ ਤੇ ਉੱਚਾ ਭਗਵੰਤ, ਕਿਉਂਕਿ ਤੂੰ ਸਭ ਤੋਂ ਉੱਚਾ ਭਗਵੰਤ ਹੈ ਨਾ, ਤੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ, ਅਤੇ ਤੇਰਾ ਅੰਤ ਕੌਣ ਪਾਏਗਾ ਜੀ। ਸਗਲ ਸਮੱਗਰੀ ਤੁਮਰਾ ਸੂਤਰ ਤਾਰੇ, ਇਹ ਜਿਤਨੇ ਸੰਸਾਰ ਦੇ ਪਦਾਰਥ ਹੈ ਨਾ, ਜੋ ਕੁਝ ਵੀ ਸੰਸਾਰ 'ਤੇ ਨਜ਼ਰ ਆ ਰਿਹਾ, ਇਹ ਸਭ ਇੱਕ ਸੂਤ ਵਿੱਚ ਪਰੋਇਆ ਹੋਇਆ, ਸਭ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਜੀ। ਤੁਮ ਤੇ ਹੋਏ ਸੁਆਗਿਆਕਾਰੀ, ਇਹ ਜਿਹੜੀ ਸ੍ਰਿਸ਼ਟੀ ਰਚੀ ਹੈ ਨਾ ਉਸ ਮਾਲਕ ਨੇ, ਇਹ ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿੱਚ ਬੱਝੀ ਹੋਈ ਹੈ, ਉਹਦੇ ਹੁਕਮ ਵਿੱਚ ਚੱਲ ਰਹੀ ਹੈ। ਮੇਰੇ ਸਤਿਗੁਰ ਕਹਿੰਦੇ ਫਿਰ ਕਰ ਅਰਦਾਸ ਭਲਿਆ, ਪੂਰਾ ਪਦਾ ਮੈਂ ਅਰਦਾਸ ਦੇ ਸੰਬੰਧ ਵਿੱਚ ਉਚਾਰਨ ਕਰ ਦਿੱਤਾ, ਕਿਉਂਕਿ ਤੂੰ ਉਸ ਪਰਮਾਤਮਾ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਗਿਆ ਭਲਿਆ, ਤੇ ਮੈਂ ਚਾਹੁੰਦਾ ਕਿਤੇ ਤੈਨੂੰ ਉਸ ਮਾਲਕ ਦੇ ਪਰ ਉਪਕਾਰ ਚੇਤੇ ਆ ਜਾਣ। ਮਾਰ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਣੇ, ਕੌਣ ਤੇਰਾ ਅੰਦਾਜ਼ਾ ਲਾਏ ਤੇਰੀ ਗਤ ਮਿਤ ਕੀ ਹੈ, ਕੌਣ ਤੇਰਾ ਹਿਸਾਬ ਲਾਏ ਤੂੰ ਕਿਤਨਾ ਵੱਡਾ ਹੈ। ਮਾਲਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੇ ਪ੍ਰਭੂ ਕੋਈ ਤੇਰੀ ਗਤ ਮਿਤ ਨਹੀਂ ਜਾਣ ਸਕਦਾ ਤੂੰ ਕਿਤਨਾ ਵੱਡਾ ਹੈ, ਤੇਰੀ ਕੋਈ ਹੱਦ ਬੰਨਾ ਨਹੀਂ ਜਾਣ ਸਕਦਾ, ਕੋਈ ਤੇਰਾ ਅੰਤ ਨਹੀਂ ਪਾ ਸਕਦਾ। ਨਾਨਕ ਦਾਸ ਸਦਾ ਕੁਰਬਾਨੀ, ਤੇਰੇ ਦਾਸ, ਤੇਰੇ ਸੇਵਕ, ਤੇਰੇ ਪਿਆਰ ਤੇਰੇ ਤੋਂ ਤਾਈਓ ਕੁਰਬਾਨ ਜਾਂਦੇ ਨੇ, ਜਿਹੜੇ ਤੇਰੇ ਪਿਆਰੇ ਆ ਨਾ ਉਹ ਤੇਰੇ ਤੋਂ ਤਾਈਓ ਸਦਕੇ ਜਾਂਦੇ ਨੇ ਮਾਲਕਾ, ਕਿਉਂਕਿ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਇਹ ਸਾਰੀ ਅਸ਼ਟਪਦੀ ਵਿੱਚ ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਜੀ। ਸਭ ਤੋਂ ਪਹਿਲੀ ਗੱਲ, ਉਹ ਭਲਿਆ ਤੈਨੂੰ ਉਸ ਮਾਲਕ ਦੇ ਕੀਤੇ ਹੋਏ ਪਰ ਉਪਕਾਰ ਚੇਤੇ ਆ ਜਾਣ। ਦੂਜੇ ਨੰਬਰ 'ਤੇ ਮਨੁੱਖ ਦੀ ਫਿਤਰਤ ਦੱਸੀ, ਮਨੁੱਖ ਦਾ ਜੀਵਨ ਦੱਸਿਆ ਕਿ ਕਰਨ ਵਾਸਤੇ ਕੀ ਆਇਆ ਅਤੇ ਕਰਦਾ ਕੀ ਪਿਆ, ਅਤੇ ਲਾਸਟ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਡੇ ਵਾਸਤੇ ਅਰਦਾਸ ਕੀਤੀ ਹੈ ਜੀ। ਆਓ ਸਾਰੇ ਆਪਾਂ ਵੀ ਮਿਲ ਕੇ ਬਚਨ ਪੜ੍ਹ ਕੇ ਅਤੇ ਨਾਲ ਹੀ ਸਮਾਪਤੀ ਕਰੀਏ ਜੀ। ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਦ ਧਿਆਈ, ਸਦਾ ਸਦਾ ਤੁਦ ਧਿਆਈ। ਸੋ ਸਲੋਕ ਸੀ ਮੇਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨਿਰਗੁਨਿਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਦੇਹੋ ਸੱਜਣ ਅਸਿਸੜੀਆਂ, ਜੋ ਹੋਵੈ ਸਾਹਿਬ ਸੁਮੇਲ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।